ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਸਾਰੀ? ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਆਪਾਂ ਵੀ ਪੂਰੇ ਘੈਂਟ ਆ ਗਏ। ਅਤੇ ਅੱਜ ਪਲੈਨ ਸੀ ਆਪਣਾ ਮੈਗੀ ਖਾਣ ਦਾ, ਪਰ ਪੈਨ ਦੇ ਵਿੱਚ ਪਿਆ ਸਾਗ ਅਤੇ ਇੱਕ 'ਚ ਪਿਆ ਗਾ ਦੁੱਧ। ਅਤੇ ਮੈਂ ਹੁਣ ਦੇਖ ਰਿਹਾ ਸੀਗਾ ਕਿ ਮੈਗੀ ਕਾਹਦੇ ਵਿੱਚ ਬਣਾਈਏ, ਠੀਕ ਹੈ ਠੀਕ ਹੈ। ਅਤੇ ਉਸ ਤੋਂ ਬਾਅਦ ਮੇਰੀ ਨਿਗਾਹ ਪਈ ਕੁੱਕਰ 'ਤੇ। ਕਿਤਨੇ ਸ਼ਾਨਦਾਰ ਵਿਚਾਰ ਰੱਖਦੇ ਹੈ ਜੀ। ਕੁੱਕਰ ਪਿਆ ਸਾਹਮਣੇ, ਮੈਂ ਕਹਿੰਦੇ ਅੱਜ ਮੈਗੀ ਕੁੱਕਰ ਦੇ ਵਿੱਚ ਬਣਾ ਕੇ ਦੇਖਦੇ ਹਾਂ। ਅਤੇ ਵੈਸੇ ਮੈਨੇ ਕਦੇ ਬਣਾਈ ਨਹੀਂ ਕੁੱਕਰ ਦੇ ਵਿੱਚ ਮੈਗੀ, ਅਤੇ ਅੱਜ ਪਹਿਲੀ ਵਾਰ ਬਣਾਵਾਂਗੇ ਕੁੱਕਰ ਦੇ ਵਿੱਚ ਮੈਗੀ। ਦੇਖਦੇ ਹਾਂ ਅੱਛੀ ਤਰ੍ਹਾਂ ਜੀ। ਫਿਰ ਕਰਦੇ ਸ਼ੁਰੂ ਬਣਾਉਣੀ ਮੈਗੀ, ਅਤੇ ਇਹ ਪਿਆ ਆਪਣਾ ਕੁੱਕਰ, ਤੁਸੀਂ ਰਹੋ ਇੱਧਰ। ਅਤੇ ਜਿਹੜਾ ਹਾਲਾ ਭਾਂਡਾ ਮੇਰਾ, ਮੈਨੂੰ ਬਿਲਕੁਲ ਪਸੰਦ ਨਹੀਂ ਸਿਲਵਰ ਦਾ ਭਾਂਡਾ, ਇਹ ਮਤਲਬ ਕਿ ਵਧੀਆ ਨਹੀਂ ਬਣਦੀ ਉਹਦੀ ਚੀਜ਼। ਅਤੇ ਸਟੀਲ ਦੇ ਵਿੱਚ ਵਧੀਆ ਬਣਦੀ ਆ, ਅਤੇ ਪਿੱਤਲ ਦੇ ਭਾਂਡੇ 'ਚ। ਵੈਸੇ ਮੈਨੇ ਕਦੇ ਪਿੱਤਲ ਦੇ 'ਚ ਬਣਾਈ ਨਹੀਂ, ਅਤੇ ਨਾ ਮੈਂ ਕਦੇ ਆਲਾ ਵਰਤਿਆ। ਅਤੇ ਹੁਣ ਬਣਾਵਾਂਗੇ ਇਹਦੇ ਵਿੱਚ ਮੈਗੀ। ਅਤੇ ਪਹਿਲਾਂ ਮੈਂ ਧੋਲਾਂ, ਨਾਲ ਨਾਲ ਬਣਾ ਰਿਹਾ ਵਲੌਗ, ਅਤੇ ਨਾਲ ਨਾਲ ਤੁਸੀਂ ਕਰ ਦਿਓ ਲਾਈਕ, ਠੀਕ ਹੈ ਜੀ। ਓਕੇ, ਕਿਉਂਕਿ ਬਹੁਤ ਟਾਈਮ ਬਾਅਦ ਹਿੰਮਤ ਕੀਤੀ ਹੈ ਕਿ ਮੈਂ ਵਲੌਗ ਬਣਾਵਾਂ। ਮੈਂ ਪਹਿਲਾਂ ਵਾਲੀ ਵਲੌਗ ਪਾ ਰਿਹਾ ਸੀਗਾ ਕਾਰਾਂ ਵਗੈਰਾ ਵਾਲੇ, ਅਤੇ ਅੱਜ ਆਪਾਂ ਹੀ ਪਾਵਾਂਗੇ, ਠੀਕ ਹੈ। ਅਤੇ ਦੇਖੋ ਆਪਣੇ ਬਾਕੀ ਦੇ ਭਾਂਡੇ ਪਏ ਨੇ, ਉਹ ਆਪਾਂ ਵਰਤਨੇ ਨੇ। ਅੱਛਾ, ਅਤੇ ਕੁੱਕਰ ਦੇ ਵਿੱਚ ਬਣਾਵਾਂਗੇ ਮੈਗੀ ਵਿਦਆਊਟ ਸੀਟੀ ਵਾਲਾ ਢੱਕਣ। ਅਤੇ ਇਹਦੇ ਵਿੱਚ ਪਿਆ ਜੀ ਆਪਣਾ ਸਾਗ, ਕਿਉਂਕਿ ਠੰਡ ਆ ਗਈ ਅਤੇ ਸਾਗ ਬਣਿਆ ਕਰੂਗਾ, ਠੀਕ ਹੈ ਜੀ। ਅਤੇ ਇੱਕ 'ਚ ਪਿਆ ਸੀਗਾ ਦੁੱਧ, ਦੇਖੋ ਇਹ 'ਚ ਵੀ ਸਾਗ, ਇਹ 'ਚ ਪਿਆ ਦੁੱਧ। ਅਤੇ ਇੱਕ ਹੋਰ ਆਪਣਾ ਭਾਂਡਾ, ਉਹ 'ਚ ਵੀ ਪਿਆ ਦੁੱਧ, ਅਤੇ ਇਹ 'ਚ ਪਿਆ ਸਾਗ। ਦੇਖੋ ਸਾਡੇ ਇੰਨਾ ਸਾਗ ਬਣਦਾ ਜਦੋਂ ਨਾ, ਇੱਕ ਵਾਰ ਇੱਕ ਮਿੰਟ ਮੈਂ ਨਾ ਕੈਮਰਾ ਤੋਂ ਕਰ ਲਾਂ। ਜਦੋਂ ਸਾਡੇ ਘਰ ਇੱਕ ਵਾਰ ਸਾਗ ਬਣਦੇ ਨਾ, ਤੇ ਲਗਭਗ 3-4 ਦਿਨ ਸਾਗ ਚੱਲਦਾ। ਜਿਸਨੇ ਵੀ ਇਹ ਕੀਆ ਹੈ ਨਾ, ਲਗਤਾ ਹੈ ਬਹੁਤ ਨਫ਼ਰਤ ਕਰਤਾ ਥਾ ਇਸਸੇ। ਤੇ ਆਪਣੇ ਘਰੇ ਜਦੋਂ ਸਾਗ ਬਣਦੇ ਲਗਭਗ 3-4 ਦਿਨ ਚੱਲਦਾ ਗਾ। ਓਕੇ, ਤੇ ਵੀ ਤਰੀਕ ਨੇ ਤਾਂ ਦਿਨ ਹੁੰਦਾ ਕਿ ਆਪਣੇ ਘਰੇ ਗੋਭੀ ਬਣ ਗਈ, ਗਾਜਰਾਂ ਬਣ ਗਈਆਂ, ਮਟਰ ਬਣ ਗਏ, ਤੇ ਨਹੀਂ ਤਾਂ ਸਾਗ ਹੀ ਚੱਲ ਲੱਗਾ। ਸਾਗ ਬਣ ਗਿਆ ਤਾਂ ਬਣ ਗਿਆ, ਬੰਦ ਕਰੋ ਹੱਥ ਜੋੜ ਕੇ। ਮੈਂ ਵਿੱਚ ਮਲਾਈ ਪਾਓ ਚਾਹੇ ਘਿਓ ਪਾਓ, ਉਹ ਆਪਣੀ ਮਰਜ਼ੀ ਆ, ਪਰ ਸਾਗ ਖਾਣਾ ਪਊਗਾ, ਠੀਕ ਹੈ। ਤੇ ਚੱਲ ਆਪਾਂ ਹੁਣ ਬਣਾਉਂਦੇ ਹੈਗੇ ਮੈਗੀ। ਤੇ ਇਹ ਤਾਂ ਮੈਨੇ ਵੈਸੇ ਹੀ ਰੱਖਿਆ ਹੈ, ਇਹ ਮੈਂ ਵਿੱਚ ਨਹੀਂ ਪਾਉਂਦਾ, ਸਮਝ ਗਿਆ। ਤੇ ਦੋ ਪੈਕਟ ਕੱਲ੍ਹ ਵਾਲੇ ਪਏ ਸੀ ਬਚੇ ਹੋਏ, ਤੇ ਬਣਾਵਾਂਗੇ ਦੋ, ਦੋ ਮੇਰੇ ਵਾਸਤੇ ਬਹੁਤ ਹੋਣਗੇ। ਅਤੇ ਆਪਣਾ ਪਿਆ ਪਿਆਜ਼ ਅਤੇ ਟਮਾਟਰ, ਅਤੇ ਇਹ 'ਚ ਪਿਆ ਆਪਣਾ ਮਸਾਲਾ। ਚਲੋ ਲਾਉਂਦੇ ਥੱਲੇ ਅੱਗ, ਲੈ ਵੀ ਉਦਘਾਟਨ ਸ਼ੁਰੂ ਕਰਦੀ ਹੈ। ਲਓ ਜੀ, ਇਹ 'ਚ ਆਪਾਂ ਪਾਵਾਂਗੇ ਦੇਸੀ ਘਿਓ, ਹੈ ਨਾ, ਦੇਸੀ ਘਿਓ ਪਿਆ ਆਲਾ। ਇਹ ਆਪਣੇ ਘਰ ਦਾ ਘਿਓ ਕੱਢਿਆ ਹੋਇਆ ਘਰ ਦਾ, ਮੈਂ ਕੈਮਰਾ ਇੱਧਰ ਰੱਖਦਾ। ਮਾਸਟਰ ਸ਼ੈਫ ਇੰਡੀਆ। ਲਓ ਜੀ, ਘਿਓ ਆਪਣਾ ਰੈਡੀ ਆ, ਤੇ ਨਾਲੇ ਤੁਹਾਨੂੰ ਮਿਲ ਜੂਗੀ ਰੈਸਪੀ ਮੈਗੀ ਦੀ, ਤੇ ਨਾਲੇ ਆਪਾਂ ਮੈਗੀ ਖਾ ਲਾਂਗੇ। ਮਤ ਕਰੋ, ਰਹਿਣ ਲੋ, ਰਹਿਣ ਲੋ, ਬਹੁਤ ਬੁਰੇ ਲੱਗ ਰਹੇ। ਤੋਬਾ ਤੋਬਾ ਤੋਬਾ, ਸਾਰਾ ਮੂਡ ਖਰਾਬ ਕਰ ਲਿਆ। ਡਬਲ ਮਾਈਂਡ, ਡਬਲ ਮਾਈਂਡ ਕਹਿ ਸਕਦੇ ਤੂੰ, ਮਤਲਬ ਕਿ ਦੋ ਦਿਮਾਗ ਵਾਲਾ ਹੁੰਦਾ। ਦੇਖੋ ਘਿਓ ਆਪਣਾ ਲੱਗ ਗਿਆ, ਮਤਲਬ ਕਿ ਵਿੱਚ ਪਾਲਿਆ। ਓਹੋ, ਖੁਸ਼ਬੂ ਵੈਸੇ ਤੁਹਾਨੂੰ ਵੀ ਆਉਂਦੀ ਹੋਣਾ ਦੇਸੀ ਘਿਓ ਦੀ? ਨਹੀਂ। ਹੁਣ ਆਹ ਵਿੱਚ ਪਾ ਦਈਏ, ਨਹੀਂ ਪਹਿਲਾਂ ਜੀਰਾ, ਜੀਰਾ, ਸੋਰੀ ਸੋਰੀ ਸੋਰੀ, ਜੀਰਾ ਜੀਰਾ ਜੀਰਾ, ਲੈ ਵੀ ਜੀਰਿਆ, ਨਮਕ, ਮਿਰਚਾਂ, ਅਤੇ ਪੀਲੀ ਕਰਨ ਵਾਸਤੇ ਹਲਦੀ, ਅਤੇ ਹੁਣ ਆਪਣਾ ਦੇਸੀ ਸਮਾਨ। ਇਹ ਆਪਣਾ ਤੜਕਾ ਲਗਭਗ ਲੱਗ ਗਿਆ, ਅਤੇ ਵਿੱਚ ਪਾਉਂਦੇ ਹਾਂ ਪਾਣੀ,
ਵਾਹ ਜੀ ਵਾਹ। ਤੇ ਹੁਣ ਵਿੱਚ ਪਾਵਾਂਗੇ ਆਲਾ ਮਸਾਲਾ, ਫਿਰ ਮਸਾਲਾ ਪਾ ਕੇ ਤੁਹਾਨੂੰ ਮਿਲ ਜਾਣਾ। ਲੋ ਜੀ ਵਿੱਚ ਪੈ ਗਿਆ ਮਸਾਲਾ, ਠੀਕ ਹੈ ਜੀ। ਤੇ ਹੁਣ ਪਾਉਂਦੇ ਵਿੱਚ ਮੈਗੀ, ਜਦੋਂ ਇਹ ਉਬਲ ਗਿਆ ਪਾਣੀ। ਲੋ ਜੀ ਆਪਾਂ ਨੇ ਖੋਲ ਲਏ ਮੈਗੀ ਦੇ ਪੈਕਟ ਤੇ ਰੱਖ ਲਈ ਪਲੇਟ ਚ। ਪਾਣੀ ਉਬਲ ਗਿਆ ਤੇ ਵਿੱਚ ਪਾਉਂਦੇ ਹਾਂ ਮੈਗੀ। ਸਟਰਗਲ ਬਾਹਲੀ ਕਰਨੀ ਪੈਂਦੀ ਯਾਰ ਵਲੌਗ ਵਾਸਤੇ, ਤੇ ਤੁਸੀਂ ਕਰਦਿਆ ਕਰੋ ਯਾਰ ਥੋੜ੍ਹਾ ਜਿਹਾ ਕਸ਼ਟ, ਲਾਈਕ ਸ਼ੇਅਰ ਸਬਸਕ੍ਰਾਈਬ ਦਾ। ਵੈਸੇ ਸ਼ੇਅਰ ਤਾਂ ਕੋਈ ਕਰਦਾ ਨਹੀਂ, ਤੁਸੀਂ ਲਾਈਕ ਅਤੇ ਸਬਸਕ੍ਰਾਈਬ ਕਰਦਿਆ ਕਰੋ ਬਹੁਤ। ਅਤੇ ਇੱਕ ਅਗਰ ਕਮੈਂਟ ਹੋ ਸਕਿਆ ਤਾਂ ਕਮੈਂਟ ਜ਼ਰੂਰ ਕਰਦਿਆ ਕਰੋ। ਅਤੇ ਵੈਸੇ ਕੋਈ ਸ਼ੇਅਰ ਤਾਂ ਕਰਦਾ ਨਹੀਂ ਹੁੰਦਾ, ਅਤੇ ਤੁਸੀਂ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ, ਅਤੇ ਬੈਲ ਆਈਕਨ ਟਰਨ ਕਰਦਿਆ ਕਰੋ। ਪੂਰੀ ਡਨ, ਠੀਕ ਹੈ। ਅਤੇ ਵਿੱਚ ਪਾ ਦਈਏ ਮੈਗੀ ਜਿਹੜੀ ਰਹਿੰਦੀ ਆ, ਅਤੇ ਆਈ ਹੋਪ ਕਿ ਇਹ ਜਸਟ 10 ਮਿੰਟ 'ਚ ਬਣ ਜੂਗੀ। ਉੱਪਰ ਲਿਖਿਆ ਹੁੰਦਾ ਇਹਦੇ ਉੱਪਰ 2 ਮਿੰਟ, ਪਰ 2 ਮਿੰਟ ਨਹੀਂ, 10-15 ਮਿੰਟ ਲਾਉਂਦੀ ਇਹ, ਕਿਉਂਕਿ ਪਿਆਜ਼ ਕੱਟਣੇ ਹੁੰਦੇ ਨੇ। ਅੱਜ ਵਿਹਲੇ ਸੀ, ਮੈਂ ਕਿਹਾ ਚਲੋ ਬਣਾ ਲਈਏ ਮੈਗੀ। ਅਤੇ ਡੇ ਅੱਜ ਹੈਗਾ ਸੋਮਵਾਰ, ਅਤੇ ਤਰੀਕ ਅੱਜ ਹੈਗੀ ਆ 28 ਨਵੰਬਰ 2022। ਲਓ ਜੀ ਟਾਈਮ ਹੋ ਗਿਆ ਕਾਫੀ, ਅਤੇ ਦੇਖੀਏ ਯਾਰ ਥੱਲੇ ਨੂੰ ਰੱਖ ਕੇ ਉਤਾਰ ਕੇ ਪਲੇਟ ਨੂੰ। ਵਾਹ ਜੀ ਵਾਹ, ਮੈਂ ਵੀ ਸ਼ੈਫ ਬਣ ਗਿਆ, ਪੂਰਾ ਤਕੜਾ ਵਾਲਾ ਸ਼ੈਫ। ਕੁਛ ਵੀ, ਆਪਣੀ ਮੈਗੀ ਬਣ ਗਈ, ਹੁਣ ਖਾ ਕੇ ਦੇਖ ਲਏ ਥੋੜ੍ਹੀ ਜੀ। ਇੱਕ ਚੱਕ ਲਈਏ ਚਮਚਾ, ਜਿਹਨੂੰ ਆਪਾਂ ਬੋਲਦੇ ਹਾਂ ਸਪੂਨ। ਕਿਆ ਬਾਤ, ਲਓ ਜੀ ਉਬਲਦੀ ਉਬਲਦੀ ਮੈਗੀ। ਇੱਕ ਵਾਰ ਆ ਜਾਇਆ 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 ਜਾ ਉੱਤੇ, ਅਤੇ ਤੁਹਾਨੂੰ ਦਿਖਾਉਣਾ ਕਿ ਮੈਂ ਘਰ ਕਿਵੇਂ ਰਹਿੰਦਾ। ਇਹੀ ਆਪਣਾ ਐਵੇਂ ਚੱਲਦਾ ਬਸ, ਲੈ ਵੀ ਦੇਖ ਲਈਏ। ਅਗਰ ਕੱਚੀ ਹੋਈ ਤਾਂ ਬਣੀ ਨਹੀਂ, ਅਗਰ ਪੱਕ ਗਈ ਤਾਂ ਬਣ ਗਈ। ਤੂੰ ਸਮਝਾ? ਹਾਂ ਨਹੀਂ, ਤੂੰ ਸਮਝਾ ਨਹੀਂ। ਹਾਲੇ ਥੋੜ੍ਹੀ ਬਣੀ ਨਹੀਂ, ਕੱਚੀ ਹੋਣੀ, 2 ਮਿੰਟ ਹੋਰ ਲਾ ਫਿਰ। ਲਓ ਜੀ ਬਣ ਗਈ ਆਪਣੀ ਮੈਗੀ, ਅਤੇ ਕਰਦੇ ਬੰਦ, ਅਤੇ ਪਾਉਂਦੇ ਆਪਣੇ ਆਲੇ ਭਾਂਡੇ 'ਚ। ਘਰੇ ਇਹੀ ਕੁਛ ਚੱਲਦਾ, ਅਤੇ ਬਾਹਰ ਪਲੇਟਾਂ ਚੱਲਦੀਆਂ ਨੇ, ਠੀਕ ਹੈ ਜੀ। ਅਤੇ ਪਾਉਣਾ ਵੀ ਆਪਣੇ ਐਵੇਂ ਆ। ਵਾਹ ਜੀ ਵਾਹ, ਜ਼ਿਆਦਾ ਬਣ ਗਈ ਯਾਰ। ਲਓ ਜੀ ਆਪਣੀ ਬਣ ਗਈ ਮੈਗੀ, ਅਤੇ ਬਾਕੀ ਨਾ ਇਹਦਾ ਪਾਣੀ ਹਾਲੇ ਉੱਡੂਗਾ, ਅਤੇ ਮੈਨੇ ਥੋੜ੍ਹੀ ਜਿਹੀ ਰੱਖੀ ਆ ਤਰੀ, ਜਿਹਨੂੰ ਆਪਾਂ ਬੋਲਦੇ ਹਾਂ ਗਰੇਵੀ। ਅਤੇ ਚਲੋ ਇਹ ਸੀ ਆਪਣਾ ਵਲੌਗ, ਅਤੇ ਅਗਰ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ, ਅਤੇ ਆਪਾਂ ਇਹੋ ਜਿਹੀਆਂ ਹੋਰ ਵੀਡੀਓ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਅਤੇ ਹੋਰ ਗੱਡੀਆਂ ਦੀਆਂ ਵਲੌਗ ਵਗੈਰਾ, ਮਤਲਬ ਕਿ ਜਿੱਥੇ ਜਿੱਥੇ ਆਪਾਂ ਜਾਵਾਂਗੇ ਟਰੈਵਲਿੰਗ ਦੀਆਂ, ਅਤੇ ਆਪਾਂ ਸਾਰਾ ਕੁਛ ਮਤਲਬ ਕਿ ਇਕੱਠਾ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ। ਤੁਸੀਂ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ, ਅਤੇ ਕਰ ਦਿਓ ਲਾਈਕ, ਅਤੇ ਕਮੈਂਟ ਕਰਨਾ ਭੁੱਲੇ ਹੀ ਨਾ ਕਰੋ ਯਾਰ, ਅਤੇ ਕਮੈਂਟ ਦੇ ਨਾਲ ਰੀਚ ਵਧੀਆ ਮਿਲਦੀ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਲਵ ਯੂ। ਅਤੇ ਤੁਸੀਂ ਦੇਖ ਰਹੇ ਹੋ ਨਾ ਮੇਰਾ ਵਲੌਗ, ਤੁਸੀਂ ਹਾਂ ਤੁਹਾਨੂੰ ਕਹਿ ਰਿਹਾ, ਤੁਹਾਨੂੰ ਬਹੁਤ ਬਹੁਤ ਲਵ ਯੂ ਆ ਕਿ ਤੁਹਾਨੇ ਵੀਡੀਓ ਦੇਖੀ ਐਂਡ ਤੱਕ, ਅਤੇ ਥੈਂਕ ਯੂ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਲਵ ਯੂ, ਬਾਏ, ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਥੈਂਕ ਯੂ ਫੋਰ ਵਾਚਿੰਗ, ਲਵ ਯੂ।